अज दे इस पंडाल च बैठे तमाम दोस्त, तमाम जिन्ने दोस्त आए ने, किसे इत्थे कोई ग्रुपबंदी नहीं और ना असी पिछले दो साल च कोई ग्रुपबंदी किते शहर च मोड़ दित्ती है। हर बंदा जनरल सैकटरी आ, हर बंदा सदर आ, हर बंदा चेयरमैन आ। जिस बंदे नूं काम सुबह दोपहर शाम रात 24 आवर मेरी टीम दे मोबाइल खुले ने, सानू इत्थे हाजिर करो, असी इत्थे भी आवांगे, सानू उत्थे हुक्म लाओगे असी उत्थे भी करांगे तुहाडे, और इंशाल्लाह तुहाडे नाल शाना बिशाना चलांगे। कम्मां दी तुहानूं इस तों नहीं गल करदे कि कम्म जिहड़े होए दोस्तां दे, इस दोस्तां दे अगे आ। तनकीद किसे ते साडा मतलब सेवा ही नहीं। लोग आ गए स्टेजां ते मुखालफां दे बारे च बहुत कुछ बोलदे आ। असी कल एक ही टीम सी, असी भी उहदे नाल चलदे रहे आ। ਉਹ ਸਾਡਾ ਭਾਈ ਸੀ, ਅਸੀਂ ਅੱਜ ਵੀ ਉਹਨੂੰ ਬੁਰਾ ਨਹੀਂ ਕਵਾਂਗੇ, ਨਾ ਉਹਦੀ ਟੀਮ ਦੇ ਕਿਸੇ ਮੈਂਬਰ ਨੂੰ ਬੁਰਾ ਕਵਾਂਗੇ। ਲੇਕਿਨ ਉਹਨੂੰ ਇੱਕੋ ਹੀ ਗੱਲ ਦੱਸੀ ਸੀ ਕਿ 24 ਹੋਰ ਤੂੰ ਬੁੱਢਾ ਹੋ ਗਿਆ, ਹੁਣ ਤੂੰ ਬਹਿ ਜਾ, ਨੌਜਵਾਨ ਕਿਆਦਤ ਨੂੰ, ਨਵੇਂ ਲੋਕਾਂ ਨੂੰ, ਨਵੇਂ ਦੋਸਤਾਂ ਨੂੰ ਅੱਗੇ ਆਉਣ ਦਿਓ ਤਾਂ ਕਿ ਬਿਹਤਰ ਤਰੀਕੇ ਨਾਲ ਖਿਦਮਤ ਕਰ ਸਕਣ। ਦੋਸਤੋ, ਇਹ ਟੀਮ ਤੁਹਾਡੇ ਲਈ ਹਾਜ਼ਰ ਆ, ਤੁਹਾਡਾ 50% ਕਰਵਾਇਆ, ਇਨਸ਼ਾਅੱਲਾ ਜਿੱਤਣ ਤੋਂ ਬਾਅਦ ਤੁਹਾਡਾ 150% ਕਰਾਵਾਂਗੇ। ਇਹ ਅੱਜ ਕੇ ਲਾਈਨ ਨੂੰ ਇੱਕ ਤੋਹਫਾ ਦੇ ਕੇ ਜਾ ਰਹੇ ਹਾਂ, ਵਾਦਾ ਇਨਸ਼ਾਅੱਲਾ ਜਿੱਤਣ ਤੋਂ ਇੱਕ ਡੇਢ ਮਹੀਨੇ ਦੇ ਅੰਦਰ ਅੰਦਰ ਤੁਹਾਨੂੰ 150% ਕਰਵਾ ਦਿੰਦੇ ਆ। ਬਾਕੀ ਇੱਥੇ ਦੀ ਜੋ ਮਰਾਤ ਤੁਹਾਡੇ ਪੱਖਿਆਂ ਦਾ ਇੱਕ ਡੇਢ ਮਹੀਨਾ ਪਹਿਲੇ ਦਿਆ ਸਾਕਿਬ ਸਾਹਿਬ ਨੂੰ ਕਹਿ ਦਿੱਤਾ ਗਿਆ। ਸਾਕਿਬ ਸਾਹਿਬ ਨੇ ਅੱਗੇ ਸਾਧੂਲਾ ਸਾਹਿਬ ਜਿਹੜਾ ਇੱਥੇ ਨੇ ਉਹਨਾਂ ਦੀ ਡਿਊਟੀ ਲਾਤੀ ਆ ਕਿ ਹਰ ਡਿਸਪੋਜ ਜਿਹਨੇ ਤੁਹਾਡੇ ਇੱਥੇ ਪੰਪ ਨੇ, ਹਰ ਪੰਪ ਦੇ ਉੱਤੇ ਇੱਕ ਇੱਕ ਪੱਖਾ ਔਰ ਦੋ ਦੋ ਲਾਈਟਾਂ ਲੱਗਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਕੁਰਸੀਆਂ, ਬੈਂਚ, ਹੋਰ ਕੋਈ ਚੀਜ਼ ਜਿਹੜੀ ਤੁਹਾਡੀ ਡਿਮਾਂਡ ਹੋਵੇ, ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ, ਕਿਉਂਕਿ ਅਦਾਰੇ ਦਾ ਤੁਸੀਂ ਇੱਕ ਅਹਿਮ ਹਿੱਸਾ ਹੋ। ਅਗਰ ਤੁਸੀਂ ਪਾਣੀ ਦਿੰਦੇ ਹੋ ਤਾਂ ਬਿਹਤਰ ਤਰੀਕੇ ਨਾਲ ਸਿਸਟਮ ਨੂੰ ਚਲਾਉਂਦੇ ਹੋ ਤੇ ਫੈਸਲਾਬਾਦ ਦੇ ਵਿੱਚ ਅਫਸਰ ਵੀ ਤੇ ਯੂਨੀਅਨ ਵੀ ਸਕੂਨ ਨਾਲ ਬੈਠਦੇ ਆ। ਅਗਰ ਤੁਸੀਂ ਇੱਕ ਦਿਨ ਪਾਣੀ ਬੰਦ ਕਰ ਦਿਓ ਤੇ ਉਹ ਲੋਕ ਸਾਨੂੰ ਇੱਕ ਘੰਟਾ ਦਫ਼ਤਰਾਂ 'ਚ ਨਾ ਬੈਠਦੇ ਆ। ਇਸ ਵਾਸਤੇ ਤੁਸੀਂ ਸਾਡਾ ਅਹਿਮ ਜੋਜ਼ੋ, ਜਿਸ ਤਰ੍ਹਾਂ ਇਨਸਾਨ ਦੇ ਜਿਸਮ 'ਚ ਦਿਲ ਆ, ਤੁਸੀਂ ਵੀ ਇਸ ਦਿਲ ਦੀ ਮਾਨਤ ਦਿਓ, ਉਸੇ ਤਰ੍ਹਾਂ ਪੰਪ ਕਰਦੇ ਹੋ, ਉਹਦੇ ਪੰਪ ਕਰਕੇ ਪਾਣੀ ਦਿੰਦੇ ਹੋ ਤੇ ਅਸੀਂ ਜ਼ਿੰਦਾ ਹੋ। ਵਰਨਾ 1.5 ਕਰੋੜ ਆਵਾਮ ਜਿਹੜੀ ਫੈਸਲਾਬਾਦ ਦੀ ਆ ਉਹ ਪਾਣੀ ਨੂੰ ਤਰਸ ਜਾਵੇ, ਔਰ ਤੁਹਾਡੇ ਮਰਹੂਮ ਨੇ ਮੰਨਿਆ ਤਾਂ ਫੈਸਲਾਬਾਦੀ ਹੈ ਕਿ ਤੁਸੀਂ ਉਹਨਾਂ ਵਾਸਤੇ ਇੱਥੋਂ ਆਪਣੀ ਧਰਤੀ ਤੋਂ ਪਾਣੀ ਦੇ ਰਹੇ ਹੋ। ਦੋਸਤੋ, ਬਹੁਤ ਟਾਈਮ ਲੈ ਲਿਆ ਤੁਹਾਡਾ, ਮੈਂ ਦੁਬਾਰਾ ਫਿਰ ਬੇਹੱਦ ਮਸ਼ਕੂਰ ਹਾਂ ਕਿ ਤੁਸੀਂ ਇੰਨੀ ਮੁਹੱਬਤ ਦਿਖਾਈ, ਇੰਨਾ ਇਕੱਠ ਕੀਤਾ, ਔਰ ਇਸੇ ਲਗਨ ਨਾਲ ਬਸ ਇਲੈਕਸ਼ਨ ਤੱਕ ਪਿਆਰ ਕਰੋ ਤੇ ਉਸ ਤੋਂ ਬਾਅਦ ਫਿਰ ਸਾਡਾ ਪਿਆਰ ਦੇਖੋ ਕਿ ਅਸੀਂ ਤੁਹਾਨੂੰ ਕੀ ਕੀ ਲੈ ਕੇ ਦਿੰਦੇ ਹਾਂ। ਦਿਸ ਇਜ਼ ਵਰਡ ਆਫ ਜੀਸਸ ਕ੍ਰਾਈਸਟ। ਸ਼ਾਹ ਹੁਸੈਨ ਦੇ ਸ਼ੇਰ ਨਾਲ ਥੋੜੀ ਜਿਹੀ ਗੱਲਬਾਤ ਸ਼ੁਰੂ ਕਰਾਂਗਾ। ਸ਼ਾਹ ਹੁਸੈਨ, ਮਸਤਕ ਜਿਨ੍ਹਾਂ ਦੇ ਪਈ ਫਕੀਰੀ, ਮਸਤਕ ਜਿਨ੍ਹਾਂ ਦੇ ਪਈ ਫਕੀਰੀ, ਭਾਗ ਜਿਨ੍ਹਾਂ ਦੇ ਚੰਗੇ, ਸੂਰਤ ਦੀ ਸੂਈ ਪ੍ਰੇਮ ਦੇ ਧਾਗੇ, ਸੂਰਤ ਦੀ ਸੂਈ ਪ੍ਰੇਮ ਦੇ ਧਾਗੇ, ਪਿਉਂਦ ਲੱਗੇ ਸੱਤ ਰੰਗੇ, ਕਹੇ ਹੁਸੈਨ ਫਕੀਰ ਸਾਈਂ ਦਾ, ਤਖਤ ਨਹੀਂ ਮਿਲਦੇ ਮੰਗੇ, ਅੱਲਾ ਇਜਾਜ਼ ਦਵੇ ਤੇ ਮਿਲ ਜਾਵੇ। ਦੋਸਤੋ, ਕੁਛ ਨਾ ਕਹਿਣੇ ਸੇ ਵੀ, ਕੁਛ ਨਾ ਕਹਿਣੇ ਸੇ ਵੀ ਚਿੰਨ ਜਾਤਾ ਹੈ ਅੰਦਾਜ਼ੇ ਸੁਖਨ, ਜ਼ੁਲਮ ਸਹਿਣੇ ਸੇ ਵੀ ਜ਼ਾਲਮ ਕੀ ਮਦਦ ਹੋਤੀ ਹੈ। ਦੋਸਤੋ, ਇੱਕ ਇਹੋ ਜਿਹਾ ਜਮੂਤ ਚ ਆਇਆ ਅਸੀਂ, ਇਹੋ ਜਿਹਾ ਇੱਕ ਸਕੂਤ ਚ ਆਇਆ ਅਸੀਂ ਕਿ ਮੁਲਾਜ਼ਮ ਤੇ ਅਫਸਰ ਦੇ ਦਰਮਿਆਨ ਇੱਕ ਬੜੀ ਵੱਡੀ ਖਲੀਜ ਪੈ ਗਈ, ਕਿਉਂਕਿ ਉਹ ਫਰਦ ਬਾਹਰ ਹੀ ਸਾਰਾ ਕੁਝ ਬਣਿਆ ਹੁੰਦਾ ਸੀ। ਮੈਂ ਕਈ ਵਾਰੀ ਉਹਨੂੰ ਝਾੜਿਆ ਸੀ, ਮੈਂ ਕਿਹਾ ਤੂੰ MPA ਨਹੀਂ, MNA ਨਹੀਂ, ਤੂੰ ਲੇਬਰ ਲੀਡਰ ਹੈ, ਤੂੰ ਪ੍ਰੈਜ਼ੀਡੈਂਟ ਹੈ, ਤੇਰੀ ਪੂਰੀ ਟੀਮ ਜਿੱਤੀ ਹੈ, ਸਭ ਨੂੰ ਨਾਲ ਲੈ ਕੇ ਜਾਇਆ ਕਰ। ਅਸੀਂ ਇਹਨਾਂ ਦੇ ਇਤਿਹਾਸ ਦਾ ਐਲਾਨ ਕਰ ਦਿੱਤਾ ਪਿਛਲੀ ਵਾਰੀ, ਖਾਲਸ ਸਾਹਿਬ ਆ ਗਏ, ਜਦ ਜਗ੍ਹਾ ਹੀ ਇੰਜ ਦੀ ਗਿਰਜੇ ਵਿੱਚ ਬੈਠੇ, ਇਹਨਾਂ ਕਿਹਾ ਜੀ ਮੈਂ ਕੋਈ ਅਹੁਦਾ ਅਹੁਦਾ ਨਹੀਂ ਤੇਰੇ ਨਾਲ। ਗੁਲਬਰਗ ਐਲਾਨ ਵੀ ਕੀਤਾ, ਖਾਲਦ ਨੂੰ ਮੈਂ ਇੱਕ ਗੱਲ ਕਹਿ ਦਿੱਤੀ, ਇਹਨਾਂ ਦਾ ਮੁਆਹਦਾ ਸਿਰਫ ਤੈਅ ਪਾਇਆ ਸੀ
कि जड़ी मीटिंग होए करेगी कठे बां कराओ, कोई अहदा नहीं सी मंगिया ना अहदियां दी भुख के, अल्लाह दा दित्ता ही बहुत सी। दोस्तों उन्हें की चलाकी वहाई जबार सी उदो फैट शुरू हो गई, जबार ने तीजे दिन इन्हें साथ लिया दराओ बिन्यामीन तुहाडा अहदेदार नहीं जी, उन्हें कहा कि कल आना वो ना आवे, कबरे जो बाहर कर देता सी उठ के बाहर तुर पैंदा हुंदा सी। ते दोस्तों ये क्यों क्यों महसूस किया गया, वो कहन लग पिया इन्हें मैनू वोट नहीं दिता, इन्हें मैनू वोट नहीं दिता। अज मैं वर्क चार्जा भी दसना चाहना वा कि बेटा भाईजान असी तो कभी तमीज ही नहीं रखी, रेगुलर केड़ा है ते वर्क चार्ज केड़ा है, अल्लाह की खिदमत तुसी सारे गवाह हो। किन्नी फैट साडे दौर च, साडे दौर च वर्क चार्ज की फैट हुई है, शायद ही कितने हुई हो, मेरी भी 36 साल सर्विस दी है, इत्थे बैठा हां। दोस्तों वर्क चार्ज तो इलावा असी कभी किसी नूं मुखालफ नहीं समझिया, मुखालफत मुखालफत नाल नहीं मुकदी, मुखालफत गले लाने नाल मुकदी है। सानूं अज भी नहीं पता साडा किहड़ा मुखालफ है, क्योंकि जदों असी सीबीए ज्वाइन कीती सी चार्ज लिया सी, मैं उदन ही अपनी स्पीच च कहा सी कि असी 700, 600, 800 वोट ना नहीं जीते, 1558 ही साडा वोटर है, जिहड़े घरां चों भी नहीं आए वह भी साडा वोटर है। वर्क चार्ज की फैट हुई तीसरे महीने, मैनूं रेगुलर स्टाफ 25% नहीं तड़प रहे सन, मैं यार गल सुनो तुहाडा तो मीटर चल रहा है, तुहाडा तो चुल्हा चलन रहा है, इन्हां दा तो चुल्हा ही हिल रहा है, पहलो इन्हां दी तुहाडी बाद च सच्चाई दी होवो ते अल्लाह करम नवाजी करदा है। 25% लई निकले समिया साहब की क्यादत च, अल्लाह ने 50% करके तुहाडी झोली च पाया, उन्हें हर चीज बेहतर हुई है। असी अपनियां तकरीरां च कहिंदा सी अफसरां नूं कि महीने नहीं लगने, इधरों चेत होनी है, उधरों रवैये बदल जाने ने, तौर तरीके बदल जाने, कलमा रुक जाने। चोर साहब भेडां दा लीडर शेरां दा लीडर फर्क हुंदा है, शेरां दा लीडर जे भेड होवे तो शेर भी भेडां हो जांदी है, ते जे भेडां दा लीडर मियां साहब वर्गा तुहाडे पैरां वर्गा होवे ते भेडां भी शेर बन जांदी। नफरत नफरत नाल नहीं मुकदी, नफरत मुहब्बत नाल मुकदी, असी मुहब्बत करके भाई। अजय निकालो साहब ने अगे दसिया कि कुर्सी के मतलब एहो ही कुर्सी जी अज मियां साहब के कोल है, ये कुर्सी 6-6 घंटे खाली रही है, 2-2 दिन भी खाली रही, वो लाल काफर की कुर्सी बनी थी, कोई बह ही नहीं सकता, असी बारो बंदे फड़ फड़ पाए, इधर आओ थोड़ी कुर्सी है, तुसी दित्ती है। साहेब तमूर खान साहब, मियां कासम साहब और इस पंडाल नूं सजाण वाले रियाज बघेल साहब, आबद मटमल साहब, कादर साहब और इन सब दोस्तों का, हाफज अब्दुल्ला साहब, गिल साहब, मैं इन दोस्तों का बेहद मशहूर हाँ कि जिन्होंने ये पंडाल नूं सजाया और इन मैन ने मियाँ मकसूद की हमायत का ऐलान किया, असी बेहद मशहूर हाँ, असी अल्लाह के फजल ना तेरा दे नहीं दे सकते। जिदे विच अंबर शहजाद साहब, आबद मटमल साहब, गुलाम मुस्तफा जुम्मे खान, रियाज बघेल साहब, खालिद सरदार साहब, मैं इन सारे दोस्तों का बेहद मशहूर हाँ, फैसल हरन साहब कि जिन्होंने सानू इन्नी इज्जत दे नाल नवाजिया और इन्नी इज्जत दिते, मैं इन्हां दोस्तों का बड़ा मशहूर हाँ। बाकी दोस्तों अज तुसी साडे 2 साल की कारकर्दगी देखी, देखिया भी असी सीबीए बन के भी असी 2 रोल अदा किए, इकतदार का सीबीएशिप का भी और अपोजिशन का भी। सीबीए जो जितती आ तो टेबल पर बैठ जाती है, इंतजामिया के नाल मैनेजमेंट के नाल बैठ के जो भी मामला आता उन्हों का हल कर दी है।